ਕਰ ਰਹੇ ਹਾਂ 9ਵਾਂ ਚੈਪਟਰ ਮੈਕਰੋ ਇਕਨੋਮਿਕਸ ਦਾ ਤੇ ਅੱਜ ਜਿਹੜਾ ਟੌਪਿਕ ਕਰਾਂਗੇ ਵੀ ਜੋ ਇਕਨੋਮੀ ਦੇ ਵਿੱਚ ਐਕਸੈਸ ਡਿਮਾਂਡ ਜਾਂ ਡੈਫਿਸਿਟ ਡਿਮਾਂਡ ਨੂੰ ਆਪਾਂ ਕਿਵੇਂ ਕਰੈਕਟ ਕਰ ਸਕਦੇ ਹਾਂ ਕਿਵੇਂ ਸਹੀ ਕਰ ਸਕਦੇ ਹਾਂ ਕਿਹੜੇ ਆਪਣੇ ਕੋਲੇ ਮੇਨ ਸੋਰਸ ਨੇ ਤਾਂ ਹੁਣ ਦੇਖੋ ਜੀ ਆਪਣੇ ਕੋਲ ਜਿਹੜੀਆਂ ਮੇਨ ਦੋ ਪਾਲਿਸੀਆਂ ਨੇ ਜਿਹੜੀਆਂ ਆਪਾਂ ਯੂਜ਼ ਕਰਦੇ ਹਾਂ ਕਰੈਕਟ ਕਰਨ ਦੇ ਲਈ ਡੈਫਿਸਿਟ ਡਿਮਾਂਡ ਨੂੰ ਐਂਡ ਐਕਸੈਸ ਡਿਮਾਂਡ ਨੂੰ ਉਹ ਦੋ ਪਾਲਿਸੀਆਂ ਕਿਹੜੀਆਂ ਨੇ ਇੱਕ ਆਪਣੀ ਫਿਸਕਲ ਪਾਲਿਸੀ ਆ ਇੱਕ ਆਪਣੀ ਹੈਗੀ ਜੀ ਮੋਨੀਟਰੀ ਪਾਲਿਸੀ ਇਹਨਾਂ ਦੋਨਾਂ ਪਾਲਿਸੀਆਂ ਦੇ ਥਰੂ ਆਪਾਂ ਜੋ ਡੈਫਿਸਿਟ ਡਿਮਾਂਡ ਆ ਐਕਸੈਸ ਡਿਮਾਂਡ ਹੁੰਦੀ ਹੈ ਇਕਨੋਮੀ ਦੇ ਵਿੱਚ ਇਹਦੇ ਥਰੂ ਆਪਾਂ ਕੀ ਕਰ ਸਕਦੇ ਹਾਂ ਜੀ ਕਰੈਕਟ ਕਰ ਸਕਦੇ ਹਾਂ ਤਾਂ ਜੋ ਪਹਿਲਾਂ ਆਪਾਂ ਜਿਹੜੀ ਪਾਲਿਸੀ ਕਰਾਂਗੇ ਉਹ ਆਏਗੀ ਆਪਣੀ ਫਿਸਕਲ ਪਾਲਿਸੀ ਜੋ ਜਿਹੜੀ ਆਪਣੀ ਗਵਰਨਮੈਂਟ ਹੈ ਜੀ ਉਹਨਾਂ ਦੇ ਇਨਕਮ ਜਿਹੜੀ ਆਪਣਾ ਰੈਵਨਿਊ ਆ ਤੇ ਜਿਹੜੀ ਐਕਸਪੈਂਡੀਚਰ ਨੇ ਉਹਨਾਂ ਦੇ ਨਾਲ ਰਿਲੇਟਡ ਹੁੰਦੀ ਆ ਜੋ ਆਪਣੇ ਜਿਹੜੇ ਗਵਰਨਮੈਂਟ ਦੁਆਰਾ ਖਰਚੇ ਕਰੇ ਜਾਂਦੇ ਨੇ ਜਿਹੜੇ ਸੋਰਸ ਆ ਉਹਨਾਂ ਨੂੰ ਇਨਕਮ ਆਉਣੀ ਆ ਜੋ ਆਪਣੀ ਗਵਰਨਮੈਂਟ ਆ ਤਾਂ ਦੇਖੋ ਕਹਿੰਦੇ ਵੀ ਜਿਹੜੀ ਫਿਸਕਲ ਪਾਲਿਸੀ ਆ ਇਹ ਰੈਫਰਸ ਟੂ ਰੈਵਨਿਊ ਐਂਡ ਐਕਸਪੈਂਡੀਚਰ ਪਾਲਿਸੀ ਆ ਗਵਰਨਮੈਂਟ ਦੀ ਇਹਨੂੰ ਸਰਕਾਰ ਦੇ ਕਿੰਨਾ ਰਿਲੇਟਡ ਆ ਜੀ ਰੈਵਨਿਊ ਵੀ ਕਿਹੜੇ ਕਿਹੜੇ ਸੋਰਸ ਆ ਤੋਂ ਸਰਕਾਰ ਨੂੰ ਰੈਵਨਿਊ ਆਉਂਦਾ ਤੇ ਉਹ ਸਰਕਾਰ ਦਾ ਕਿਹੜਾ ਕਿਹੜਾ ਖਰਚਾ ਕਰਦੀ ਆ ਕੰਟਰੀ ਦੇ ਵਿੱਚ ਤਾਂ ਹੁਣ ਇਹਨਾਂ ਦੋਨਾਂ ਸੋਰਸਾਂ ਦੇ ਥਰੂ ਰੈਵਨਿਊ ਐਂਡ ਐਕਸਪੈਂਡੀਚਰ ਦੇ ਥਰੂ ਇਹਨਾਂ ਨੂੰ ਇਨਕਰੀਜ਼ ਡਿਕਰੀਜ਼ ਕਰਕੇ ਜਿਹੜਾ ਆਪਣਾ ਡੈਫਿਸਿਟ ਡਿਮਾਂਡ ਆ ਤੇ ਜਿਹੜੀ ਐਕਸੈਸ ਡਿਮਾਂਡ ਆ ਉਹਨੂੰ ਕੀ ਕੀਤਾ ਜਾਂਦਾ ਜੀ ਕਰੈਕਟ ਕੀਤਾ ਜਾਂਦਾ ਤਾਂ ਹੁਣ ਪਹਿਲਾ ਜਿਹੜਾ ਪੁਆਇੰਟ ਹੈ ਜੀ ਆਪਣੇ ਕੋਲੇ ਹੈਗਾ ਸੀ ਉਹ ਆਪਣਾ ਗਵਰਨਮੈਂਟ ਐਕਸਪੈਂਡੀਚਰ ਜਿਹੜੇ ਆਪਣੀ ਐਕਸਪੈਂਡੀਚਰ ਨੇ ਕਹਿੰਦੇ ਵੀ ਜਿਹੜੀ ਹੁਣ ਗਵਰਨਮੈਂਟ ਆ ਉਹਨਾਂ ਦੁਆਰਾ ਗਵਰਨਮੈਂਟ ਦੁਆਰਾ ਬਹੁਤ ਸਾਰੇ ਖਰਚੇ ਕੰਟਰੀ ਦੇ ਵਿੱਚ ਕੀ ਆ ਕਰੇ ਜਾਂਦੇ ਨੇ ਜਿਵੇਂ ਆਪਣੇ ਉਹਦੇ ਦੁਆਰਾ ਜੋ ਰੋਡ ਵਗੈਰਾ ਬਣਾਏ ਜਾਂਦੇ ਨੇ ਡੈਮ ਵਗੈਰਾ ਬਣਾਏ ਜਾਂਦੇ ਨੇ ਜੀ ਬ੍ਰਿਜ ਵਗੈਰਾ ਬਣਾਏ ਜਾਂਦੇ ਨੇ ਉਸ ਤੋਂ ਬਾਅਦ ਆ ਗਿਆ ਸਬਸਿਡੀ ਪ੍ਰੋਵਾਈਡ ਕੀਤੀ ਜਾਂਦੀ ਆ ਪ੍ਰੋਡਿਊਸਰਾਂ ਨੂੰ ਤੇ ਉਸ ਤੋਂ ਇਲਾਵਾ ਐਜੂਕੇਸ਼ਨ ਦੇ ਉੱਪਰ ਖਰਚਾ ਬਹੁਤ ਸਾਰੇ ਖਰਚੇ ਨੇ ਜੋ ਗਵਰਨਮੈਂਟ ਦੁਆਰਾ ਕੀ ਕੀਤੇ ਜਾਂਦੇ ਨੇ ਕੰਟਰੀ ਦੇ ਵਿੱਚ ਕਹਿੰਦੇ ਹੁਣ ਜਿਹੜੇ ਆਪਣਾ ਡੈਫਿਸਿਟ ਡਿਮਾਂਡ ਦੇ ਕੇਸ ਦੇ ਵਿੱਚ ਵੀ ਜਿਹੜੇ ਗਵਰਨਮੈਂਟ ਦੇ ਖਰਚੇ ਨੇ ਉਹ ਕੀ ਆ ਇਨਕਰੀਜ਼ ਕੀਤੇ ਜਾਣਗੇ ਜੋ ਗਵਰਨਮੈਂਟ ਦੇ ਦੁਆਰਾ ਜਿਹੜੇ ਖਰਚੇ ਨੇ ਆਪਣੇ ਜੋ ਵੀ ਆਪਣਾ ਸਬਸਿਡੀ ਪ੍ਰੋਵਾਈਡ ਕੀਤੀ ਜਾ ਰਹੀ ਆ ਡੈਮ ਵਗੈਰਾ ਪੁਲ ਬਣਾ ਰਹੇ ਨੇ ਉਹਨਾਂ ਉੱਪਰ ਜੋ ਖਰਚਾ ਕੀਤਾ ਜਾ ਰਿਹਾ ਤਾਂ ਸਰਕਾਰ ਦੁਆਰਾ ਖਰਚੇ ਕੀ ਆ ਇਨਕਰੀਜ਼ ਕਰੇ ਜਾਣਗੇ ਜਦੋਂ ਕੰਟਰੀ ਦੇ ਵਿੱਚ ਕੀ ਆ ਜੀ ਡੈਫਿਸਿਟ ਡਿਮਾਂਡ ਤੇ ਜਦੋਂ ਕੰਟਰੀ ਦੇ ਵਿੱਚ ਐਕਸੈਸ ਡਿਮਾਂਡ ਆ ਇਨਫਲੇਸ਼ਨਰੀ ਗੈਪ ਆ ਤਾਂ ਸਰਕਾਰ ਦੁਆਰਾ ਜਿਹੜੇ ਆਪਣੇ ਖਰਚੇ ਨੂੰ ਕੀ ਕਰੇ ਜਾਣਗੇ ਜੀ ਰਿਡਿਊਸ ਕਰੇ ਜਾਣਗੇ ਡੈਫਿਸਿਟ ਡਿਮਾਂਡ ਦੇ ਵਿੱਚ ਖਰਚੇ ਸਰਕਾਰ ਇਨਕਰੀਜ਼ ਕਰੂਗੀ ਤੇ ਜਿਹੜਾ ਆਪਣਾ ਐਕਸੈਸ ਡਿਮਾਂਡ ਦੇ ਵਿੱਚ ਆ ਜਿਹੜੇ ਖਰਚੇ ਨੇ ਉਹ ਕੀ ਕੀਤੇ ਜਾਣਗੇ ਜੀ ਘਟਾਏ ਜਾਣਗੇ ਡਿਕਰੀਜ਼ ਕੀਤੇ ਜਾਣਗੇ ਉਸ ਤੋਂ ਬਾਅਦ ਆ ਗਿਆ ਜੀ ਆਪਣੇ ਟੈਕਸ ਕਹਿੰਦੇ ਨੇ ਹੁਣ ਜਿਹੜਾ ਟੈਕਸ ਆ ਇੱਕ ਕੰਪਲਸਰੀ ਪੇਮੈਂਟ ਆ ਜਿਹੜੀ ਇੱਕ ਹਾਊਸ ਹੋਲਡ ਸੈਕਟਰ ਦੁਆਰਾ ਕਰੀ ਜਾਂਦੀ ਆ ਜੋ ਹਾਊਸ ਹੋਲਡ ਸੈਕਟਰ ਜੋ ਪੇਮੈਂਟ ਕਰੀ ਆ ਐਜ਼ ਅ ਟੈਕਸ ਸਰਕਾਰ ਨੂੰ ਤਾਂ ਉਹਦੇ ਬਦਲੇ ਉਹ ਆਪਾਂ ਉਹਦੇ ਬਦਲੇ ਕੀ ਆ ਉਹਨਾਂ ਤੋਂ ਕੁਝ ਅਸੈਪਟ ਨਹੀਂ ਕਰਦੇ ਹੈਗੇ ਇੱਕ ਵਨ ਸਾਈਡਡ ਕੀ ਆ ਆਪਣੀ ਉਹ ਪੇਮੈਂਟ ਹੁੰਦੀ ਆ ਤਾਂ ਹੁਣ ਕਹਿੰਦੇ ਵੀ ਜਦੋਂ ਕੰਟਰੀ ਦੇ ਵਿੱਚ ਡੈਫਿਸਿਟ ਡਿਮਾਂਡ ਆ ਜਦੋਂ ਕੰਟਰੀ ਦੇ ਵਿੱਚ ਡੈਫਿਸਿਟ ਡਿਮਾਂਡ ਆ ਤਾਂ ਸਰਕਾਰ ਆ ਜਿਹੜੀ ਗਵਰਨਮੈਂਟ ਆ ਉਹਦੇ ਦੁਆਰਾ ਜਿਹੜਾ ਟੈਕਸ ਰੇਟ ਆ ਉਹ ਕੀ ਕਰਿਆ ਜਾਊਗਾ ਜੀ ਰਿਡਿਊਸ ਕਰਿਆ ਜਾਊਗਾ ਜਦੋਂ ਟੈਕਸ ਰੇਟ ਰਿਡਿਊਸ ਕਰਤੇ ਤਾਂ ਜਿਹੜੇ ਆਪਣੇ ਹਾਊਸ ਹੋਲਡ ਸੈਕਟਰ ਆ ਉਹਨਾਂ ਦੀ ਜਿਹੜੀ ਡਿਸਪੋਜ਼ੇਬਲ ਇਨਕਮ ਆ ਉਹ ਕੀ ਹੋ ਜਾਣੀ ਹੈ ਜੀ ਇਨਕਰੀਜ਼ ਹੋ ਜਾਂਦੀ ਹੈ ਜਿਹਦੇ ਕਾਰਨ ਕਰਕੇ ਕੰਟਰੀ ਦੇ ਜਿਹੜੇ ਖਰਚੇ ਨੇ ਉਹ ਇਨਕਰੀਜ਼ ਹੋ ਸਕਦੇ ਨੇ ਤਾਂ ਜਿਹਦੇ ਵਿੱਚ ਆਪਣੀ ਜਿਹੜੀ ਡੈਫਿਸਿਟ ਡਿਮਾਂਡ ਆ ਉਹ ਕੀ ਹੋ ਕੀਤਾ ਜਾ ਸਕਦਾ ਵਾ ਕਰੈਕਟ ਕੀਤਾ ਜਾ ਸਕਦਾ ਹੁਣ ਜੇ ਕੰਟਰੀ ਦੇ ਵਿੱਚ ਐਕਸੈਸ ਡਿਮਾਂਡ ਆ ਐਕਸੈਸ ਡਿਮਾਂਡ ਦੇ ਨਾਲ ਕੀ ਹੈ ਇਨਫਲੇਸ਼ਨ ਦਾ ਵੀ ਗੈਪ ਆਉਂਦਾ ਜੀ ਤਾਂ ਉਹ ਆਪਾਂ ਨੇ ਕੀ ਕਰਨਾ ਵਾ ਕਰੈਕਟ ਕਰਨਾ ਵਾ ਤਾਂ ਸਰਕਾਰ ਦੁਆਰਾ ਜਿਹੜੇ ਖਰਚੇ ਜਿਹੜਾ ਆਪਣਾ ਟੈਕਸ ਰੇਟ ਨੇ ਉਹ ਇਨਕਰੀਜ਼ ਕਰੇ ਜਾਣਗੇ ਜਿਸ ਕਾਰਨ ਜਿਹੜੀ ਡਿਸਪੋਜ਼ੇਬਲ ਇਨਕਮ ਆ ਹਾਊਸ ਹੋਲਡ ਸੈਕਟਰ ਦੀ ਉਹ ਕੀ ਹੋ ਜਾਣੀ ਹੈ ਜੀ ਰਿਡਿਊਸ ਹੋ ਜਾਣੀ ਹੈ ਉਸ ਦੇ ਨਾਲ ਕੀ ਹੋਊਗਾ ਵੀ ਜਿਹੜਾ ਐਕਸੈਸ ਡਿਮਾਂਡ ਆ ਉਹ ਕੀ ਆ ਕਰੈਕਟ ਹੋ ਸਕਦੀ ਹੈ ਉਸ ਤੋਂ ਬਾਅਦ ਆ ਗਿਆ ਜੀ ਪਬਲਿਕ ਬੋਰਿੰਗ ਕਿਹੜਾ ਆਪਣਾ ਪਬਲਿਕ ਬੋਰਿੰਗ ਹੈ ਜੀ ਆਪਣੀ ਜਦੋਂ ਕਦੇ ਲੋਕਾਂ ਪਬਲਿਕ ਤੋਂ ਲੋਨ ਲਿਆ ਜਾਂਦਾ ਉਹਦੇ ਨਾਲ ਕੀ ਆ ਪਬਲਿਕ ਡੈਟ ਕ੍ਰੀਏਟ ਹੋਊਗਾ ਕੰਟਰੀ ਦੇ ਵਿੱਚ ਤਾਂ ਜਦੋਂ ਹੁਣ ਡੈਫਿਸਿਟ ਡਿਮਾਂਡ ਆ ਤਾਂ ਜਿਹੜਾ ਆਪਣਾ ਪਬਲਿਕ ਡੈਟ ਹੈ ਕੀ ਹੈ ਜੀ ਰਿਡਿਊਸ ਕਰਿਆ ਜਾਊਗਾ ਜੋ ਆਪਣੇ ਪਬਲਿਕ ਬੋਰਿੰਗ ਆ ਉਹਦਾ ਕਾਰਨ ਕੀ ਆ ਵੀ ਲੋਕਾਂ ਕੋਲੇ ਜ਼ਿਆਦਾ ਪੈਸਾ ਹੋਊਗਾ ਜਿਹਦੇ ਕਾਰਨ ਕਰਕੇ ਉਹ ਜ਼ਿਆਦਾ ਖਰਚਾ ਕਰ ਸਕਦੇ ਨੇ ਤੇ ਇਸ ਕਾਰਨ ਦੇ ਵਿੱਚ ਜਿਹੜੀ ਆਪਣੀ ਡੈਫਿਸਿਟ ਡਿਮਾਂਡ ਆ ਉਹ ਕੀ ਹੋ ਜੂਗੀ ਕਰੈਕਟ ਹੋ ਜੂਗੀ ਹੁਣ ਜੇ ਮੰਨ ਲਓ ਐਕਸੈਸ ਡਿਮਾਂਡ ਆ ਤਾਂ ਇਹ ਆਪਣੇ ਜਿਹੜਾ ਮਤਲਬ ਪਬਲਿਕ ਬੋਰਿੰਗ ਉਹ ਕੀ ਕੀਤੀ ਜਾਊਗੀ ਇਨਕਰੀਜ਼ ਕਰੀ ਜਾਊਗੀ ਉਹਦਾ ਕਾਰਨ ਕੀ ਆ ਵੀ ਪਬਲਿਕ ਕੋਲੋਂ ਪੈਸਾ ਗਵਰਨਮੈਂਟ ਕੋਲੇ ਆਊ ਲੋਕਾਂ ਦੀ ਜਿਹੜੀ ਪਾਵਰ ਆ ਪਰਚੇਜਿੰਗ ਪਾਵਰ ਉਹ ਰਿਡਿਊਸ ਹੋਊਗੀ ਜਿਹਦੇ ਕਾਰਨ ਕਰਕੇ ਜਿਹੜੇ ਐਗਰੀਗੇਟ ਆਪਣੇ ਜਿਹੜੇ ਐਕਸਪੈਂਡੀਚਰ ਨੇ ਉਹ ਕੀ ਆ ਰਿਡਿਊਸ ਹੋਣਗੇ ਜਿਹਦੇ ਕਾਰਨ ਕਰਕੇ ਆਪਣੀ ਜਿਹੜੀ ਐਕਸੈਸ ਡਿਮਾਂਡ ਆ ਉਹ ਕੀ ਆ ਕਰੈਕਟ ਹੋ ਸਕਦੀ ਹੈ ਉਸ ਤੋਂ ਬਾਅਦ ਆ ਗਿਆ ਜੀ ਆਰਬੀਆਈ ਤੋਂ ਲੋਨ ਲੈਂਦੀ ਹੈ ਜਦੋਂ ਗਵਰਨਮੈਂਟ ਤਾਂ ਹੁਣ ਡੈਫਿਸਿਟ ਡਿਮਾਂਡ ਦੇ ਕੇਸ ਦੇ ਵਿੱਚ ਜਿਹੜਾ ਲੋਨ ਕੀ ਆ ਇਨਕਰੀਜ਼ ਕਰਿਆ ਜਾਊਗਾ ਵੀ ਜਿਹੜੀ ਆਪਣੀ ਲਿਕੁਇਡਿਟੀ ਆ ਕੰਟਰੀ ਦੇ ਵਿੱਚ ਉਹ ਕੀ ਆ ਇਨਕਰੀਜ਼ ਹੋ ਜਾਵੇ ਜੋ ਇਨਕਰੀਜ਼ ਹੋਊਗੀ ਤਾਂ ਫਲੋ ਜ਼ਿਆਦਾ ਹੋਊਗਾ ਜੀ
ਜਿਹਦੇ ਕਾਰਨ ਕਰਕੇ ਵੀ ਆਪਾਂ ਜਿਹੜੀ ਡਿਮਾਂਡ ਆ ਉਹ ਇਨਕਰੀਸ ਕਰ ਸਕਦੇ ਹਾਂ। ਤੇ ਇੱਥੇ ਜਿਹੜੀ ਆਪਣੀ ਗਵਰਨਮੈਂਟ ਆ ਉਹ ਆਰਬੀਆਈ ਤੋਂ ਕੀ ਆ ਲੋਨ ਲਊਗੀ ਜ਼ਿਆਦਾ ਜਦੋਂ ਕੰਟਰੀ ਦੇ ਵਿੱਚ ਕੀ ਆ ਜੀ ਡੈਫਿਸਿਟ ਡਿਮਾਂਡ। ਉਸ ਤੋਂ ਬਾਅਦ ਜਦੋਂ ਐਕਸੈਸ ਡਿਮਾਂਡ ਆ ਤਾਂ ਜਿਹੜਾ ਲੋਨ ਆ ਕੀ ਆ ਘੱਟ ਕਰਿਆ ਜਾਊਗਾ ਤਾਂ ਜੋ ਜਿਹੜਾ ਮਤਲਬ ਲਿਕੁਇਡਿਟੀ ਆ ਉਹ ਕੀ ਹੋਵੇ ਰਿਡਿਊਸ ਹੋਵੇ ਕੰਟਰੀ ਦੇ ਵਿੱਚ, ਜਿਸ ਕਾਰਨ ਜਿਹੜਾ ਮਤਲਬ ਖਰਚੇ ਨੇ ਉਹ ਡਿਕਰੀਜ ਹੋਣ, ਜਿਹਦੇ ਜਿਸ ਕਾਰਨ ਕਰਕੇ ਜਿਹੜਾ ਆਪਣਾ ਐਕਸੈਸ ਡਿਮਾਂਡ ਆ ਉਹ ਕੀ ਹੋ ਜਾਵੇ ਕਰੈਕਟ ਹੋ ਜਾਵੇ। ਤਾਂ ਇਹ ਆਪਣੀ ਫਿਸਕਲ ਪਾਲਿਸੀ ਸੀ, ਇਹਦੇ ਆ ਕੰਪੋਨੈਂਟਸ ਸੀ, ਗਵਰਨਮੈਂਟ ਦੇ ਐਕਸਪੈਂਡੀਚਰ ਹੋ ਗਏ, ਟੈਕਸ ਹੋ ਗਏ, ਪਬਲਿਕ ਡੈਟ ਹੋ ਗਿਆ ਜੀ, ਉਸ ਤੋਂ ਬਾਅਦ ਆ ਗਿਆ ਆਰਬੀਆਈ ਤੋਂ ਜਿਹੜਾ ਲੋਨ ਲਿਆ ਜਾਂਦਾ, ਇਹ ਮੇਨ ਕੰਪੋਨੈਂਟ ਨੇ ਜਿਨ੍ਹਾਂ ਦੇ ਥਰੂ ਐਕਸੈਸ ਡਿਮਾਂਡ ਤੇ ਜਿਹੜੀ ਡੈਫਿਸਿਟ ਡਿਮਾਂਡ ਨੂੰ ਕੀ ਜੀ ਕਰੈਕਟ ਕੀਤਾ ਜਾਂਦਾ। ਨੈਕਸਟ ਜਿਹੜੀ ਆਪਣੀ ਜੀ ਪਾਲਿਸੀ ਹੋ ਰਹੀ ਹੈ ਜੀ ਮੋਨਿਟਰੀ ਪਾਲਿਸੀ, ਜੋ ਆਰਬੀਆਈ ਦੁਆਰਾ ਮੇਨਟੇਨ ਕਰੀ ਜਾਂਦੀ ਹੈ ਕੰਟਰੀ ਦੇ ਵਿੱਚ, ਜਿਹੜਾ ਆਪਣਾ ਫਲੋ ਆਫ ਜਿਹੜਾ ਸਪਲਾਈ ਮਨੀ ਆ ਉਹਨੂੰ ਕੰਟਰੋਲ ਕੀਤਾ ਜਾਂਦਾ ਸੀ ਤਾਂ ਜੋ ਜਿਹੜਾ ਇਨਫਲੇਸ਼ਨਰੀ ਗੈਪ ਆ ਜੋ ਡਿਫਲੇਸ਼ਨਰੀ ਗੈਪ ਉਹਨੂੰ ਕੀ ਕਰੈਕਟ ਕੀਤਾ ਜਾਵੇ। ਤਾਂ ਹੁਣ ਦੇਖੋ ਜਿਹੜੀ ਮੋਨਿਟਰੀ ਪਾਲਿਸੀ ਹੈ ਕਿਹਨੇ ਡੀਲ ਕਰਦੀ ਹੈ ਵਿਦ ਕੰਟਰੋਲ ਆਫ ਦਾ ਲਿਕੁਇਡਿਟੀ ਜਾਂ ਆਫ ਫਲੋ ਆਫ ਕ੍ਰੈਡਿਟ ਇਨ ਦਾ ਮਾਰਕੀਟ ਵਿਦ ਦਾ ਵਿਊ ਟੂ ਕੀ ਆਪਾਂ ਨੇ ਇਹਨੂੰ ਮੈਨੇਜ ਕਰਨਾ ਵਾ, ਆਪਾਂ ਨੇ ਮੈਨੇਜ ਕਰਨਾ ਵਾ ਇਨਫਲੇਸ਼ਨਰੀ ਐਂਡ ਡਿਫਲੇਸ਼ਨਰੀ ਗੈਪ ਇਨ ਦਾ ਇਕਨੋਮੀ। ਤਾਂ ਹੁਣ ਕਹਿੰਦੇ ਨੇ ਆਪਣਾ ਮੇਨ ਕੰਪੋਨੈਂਟਸ ਨੇ ਜੋ ਆਪਣਾ 6th ਚੈਪਟਰ ਆ ਬੈਂਕਿੰਗ ਵਾਲਾ, ਉਹਦੇ ਵਿੱਚ ਵੀ ਆਪਾਂ ਨੇ ਕੁਆਂਟੀਟੇਟਿਵ ਐਂਡ ਕੁਆਲੀਟੇਟਿਵ ਇਨਸਟਰੂਮੈਂਟ ਕਰੇ ਸੀ ਜਿਨ੍ਹਾਂ ਦੀ ਹੈਲਪ ਦੇ ਨਾਲ ਕੀ ਆ ਜਿਹੜਾ ਆਪਣਾ ਫਲੋ ਆਫ ਜਿਹੜਾ ਮਨੀ ਸਪਲਾਈ ਜਿਹੜਾ ਕ੍ਰੈਡਿਟ ਕੰਟਰੋਲ ਆ ਉਹਨੂੰ ਕੀ ਆ ਜੀ ਕੰਟਰੋਲ ਕੀਤਾ ਜਾਂਦਾ। ਤਾਂ ਉਹਦੇ ਵਿੱਚ ਜਿਹੜਾ ਹੈਗਾ ਜੀ ਪਹਿਲਾ ਬੈਂਕ ਰੇਟ, ਬੈਂਕ ਰੇਟ ਆਪਣਾ ਜੀ ਉਹ ਰੇਟ ਹੁੰਦਾ ਵਾ ਜਿਸ ਰੇਟ ਤੇ ਆਰ ਬੀ ਆਈ ਆ ਜਿਹੜੀ ਲੋਨ ਪ੍ਰੋਵਾਈਡ ਕਰਦੀ ਆ ਕਮਰਸ਼ੀਅਲ ਬੈਂਕਾਂ ਨੂੰ, ਠੀਕ ਹੈ ਜੀ। ਤਾਂ ਜਿਹੜੇ ਰੇਟ ਤੇ ਆਰ ਬੀ ਲੋਨ ਪ੍ਰੋਵਾਈਡ ਕਰਦੇ ਆ ਕਮਰਸ਼ੀਅਲ ਬੈਂਕਾਂ ਨੂੰ ਆਪਾਂ ਬੈਂਕ ਰੇਟ ਕਹਿੰਦੇ ਹਾਂ। ਹੁਣ ਅੱਗੇ ਕਮਰਸ਼ੀਅਲ ਬੈਂਕਾਂ ਕਿਹਨੂੰ ਲੋਨ ਦਿੰਦੀਆਂ ਨੇ ਜੀ ਪਬਲਿਕ ਨੂੰ। ਤਾਂ ਕਹਿੰਦੇ ਹੁਣ ਕੰਟਰੀ ਦੇ ਵਿੱਚ ਐਕਸੈਸ ਡਿਮਾਂਡ ਆ, ਐਕਸੈਸ ਡਿਮਾਂਡ ਦੇ ਵਿੱਚ ਜਿਹੜਾ ਬੈਂਕ ਰੇਟ ਆ ਉਹ ਕੀ ਹੋਊਗਾ ਜੀ ਇਨਕਰੀਜ਼ ਹੋਊਗਾ। ਜਦੋਂ ਬੈਂਕ ਰੇਟ ਇਨਕਰੀਜ਼ ਕੀਤਾ ਜਾਊਗਾ ਆਰ ਬੀ ਦੁਆਰਾ ਤਾਂ ਇਹਦੇ ਨਾਲ ਜਿਹੜਾ ਕੋਸਟ ਆਫ ਜਿਹੜੀ ਕ੍ਰੈਡਿਟ ਆ ਉਹ ਇਨਕਰੀਜ਼ ਹੋ ਜਾਂਦੀ ਆ, ਜਿਸ ਕਾਰਨ ਕਰਕੇ ਜਿਹੜਾ ਕਮਰਸ਼ੀਅਲ ਬੈਂਕਾਂ ਨੇ ਉਹ ਮਾਰਕੀਟ ਰੇਟ ਆਫ ਇੰਟਰਸਟ ਵੀ ਕੀ ਹੋਊਗਾ ਉਹਦੇ ਨਾਲ ਇਨਕਰੀਜ਼ ਹੋਊਗਾ। ਜਿਹੜਾ ਮਾਰਕੀਟ ਆਫ ਇੰਟਰਸਟ ਇਨਕਰੀਜ਼ ਹੋ ਗਿਆ ਤਾਂ ਪਬਲਿਕ ਜਿਹੜੇ ਲੋਕ ਨੇ ਉਹ ਵੀ ਲੋਨ ਦੀ ਡਿਮਾਂਡ ਕੀ ਕਰਨਗੇ ਘੱਟ ਕਰਨਗੇ, ਜਿਹਦੇ ਕਾਰਨ ਕਰਕੇ ਜਿਹੜਾ ਫਲੋ ਕੀ ਹੋਊਗਾ ਜੀ ਰਿਡਿਊਸ ਹੋਊਗਾ ਮਨੀ ਦਾ, ਉਸਦੇ ਨਾਲ ਜਿਹੜਾ ਕੰਟਰੀ ਦੇ ਵਿੱਚ ਕੀ ਆ ਐਕਸੈਸ ਡਿਮਾਂਡ ਨੂੰ ਆਪਾਂ ਕੀ ਕਰ ਸਕਦੇ ਹਾਂ ਕੰਟਰੋਲ ਕਰ ਸਕਦੇ ਹਾਂ, ਇਨਫਲੇਸ਼ਨਰੀ ਗੈਪ ਨੂੰ ਆਪਾਂ ਕੀ ਕਰ ਸਕਦੇ ਹਾਂ ਜੀ ਰਿਡਿਊਸ ਕਰ ਸਕਦੇ ਹਾਂ। ਡੈਫਿਸਿਟ ਡਿਮਾਂਡ ਦੇ ਵਿੱਚ ਜਿਹੜਾ ਆਪਣਾ ਬੈਂਕ ਰੇਟ ਆ ਉਹ ਆਰ ਬੀ ਆਈ ਦੁਆਰਾ ਕੀ ਕਰਿਆ ਜਾਊਗਾ ਜੀ ਡਿਕਰੀਜ਼ ਕਰਿਆ ਜਾਊਗਾ, ਜਿਸ ਦੇ ਨਾਲ ਵੀ ਜਿਹੜਾ ਕੋਸਟ ਆਫ ਕ੍ਰੈਡਿਟ ਆ ਉਹ ਕੀ ਹੋ ਜਾਣੀ ਆ ਆਪਣੀ ਰਿਡਿਊਸ ਹੋ ਜਾਣੀ। ਉਹਦੇ ਰਿਡਿਊਸ ਹੋਣ ਦੇ ਨਾਲ ਜਿਹੜੀ ਡਿਮਾਂਡ ਆ ਉਹ ਲੋਨ ਦੀ ਕੀ ਹੋ ਜੂਗੀ ਡਿਮਾਂਡ ਆਫ ਜਿਹੜੀ ਲੋਨ ਆ ਉਹ ਆਪਣੀ ਇਨਕਰੀਜ਼ ਹੋ ਜਾਣੀ ਹੈ, ਜਿਸ ਕਾਰਨ ਨਾਲ ਆਪਣੀ ਜਿਹੜੀ ਕੰਟਰੀ ਦੇ ਵਿੱਚ ਜਿਹੜਾ ਡਿਫਲੇਸ਼ਨਰੀ ਗੈਪ ਆ ਉਹ ਆਪਾਂ ਕੀ ਕਰ ਸਕਦੇ ਹਾਂ ਕਰੈਕਟ ਕਰ ਸਕਦੇ ਹਾਂ, ਜੋ ਆਪਣੀ ਡੈਫਿਸਿਟ ਡਿਮਾਂਡ ਨੂੰ ਸਹੀ ਕੀਤਾ ਜਾ ਸਕਦਾ। ਉਸ ਤੋਂ ਬਾਅਦ ਆ ਗਿਆ ਜੀ ਆਪਣਾ ਰੈਪੋ ਰੇਟ। ਰੈਪੋ ਰੇਟ ਕੀ ਹੁੰਦਾ, ਇਹਦੇ ਵਿੱਚ ਵੀ ਜੋ ਆਰ ਬੀ ਆਈ ਆ ਲੋਨ ਪ੍ਰੋਵਾਈਡ ਕਰਦੀ ਆ ਕਮਰਸ਼ੀਅਲ ਬੈਂਕਾਂ ਨੂੰ ਥਰੂ ਗਵਰਨਮੈਂਟ ਸਿਕਿਉਰਿਟੀ, ਇਹ ਜਿਹੜਾ ਲੋਨ ਦਿੱਤਾ ਜਾਂਦਾ ਵਾ ਸ਼ੋਰਟ ਟਰਮ ਦੇ ਲਈ ਦਿੱਤਾ ਜਾਂਦਾ ਵਾ। ਤਾਂ ਹੁਣ ਇਸ ਦੇ ਕੇਸ ਦੇ ਵਿੱਚ ਵੀ ਜਿਹੜਾ ਆਰ ਬੀ ਆਈ ਦੁਆਰਾ ਰੈਪੋ ਰੇਟ ਆ ਉਹ ਇਨਕਰੀਜ਼ ਕੀਤਾ ਜਾਊਗਾ, ਜਿਸ ਨਾਲ ਕੋਸਟ ਆਫ ਕ੍ਰੈਡਿਟ ਆ ਜਿਹੜੀ ਵਧੂਗੀ, ਜਿਸ ਨਾਲ ਕੀ ਆ ਡਿਮਾਂਡ ਘਟੂਗੀ ਲੋਨ ਦੀ, ਉਹਦੇ ਨਾਲ ਕੀ ਆ ਕੰਟਰੀ ਦੇ ਵਿੱਚ ਜਿਹੜਾ ਆਪਣਾ ਇਨਫਲੇਸ਼ਨਰੀ ਗੈਪ ਆ ਜੋ ਐਕਸੈਸ ਡਿਮਾਂਡ ਨੂੰ ਆਪਾਂ ਕੀ ਕਰ ਸਕਦੇ ਹਾਂ ਕਰੈਕਟ ਕਰ ਸਕਦੇ ਹਾਂ। ਤੇ ਡੈਫਿਸਿਟ ਡਿਮਾਂਡ ਦੇ ਵਿੱਚ ਜਿਹੜਾ ਆਪਣਾ ਰੈਪੋ ਰੇਟ ਆ ਉਹ ਆਰ ਬੀ ਦੁਆਰਾ ਕੀ ਕੀਤਾ ਜਾਊਗਾ ਰਿਡਿਊਸ ਕੀਤਾ ਜਾਊਗਾ ਤਾਂ ਜੋ ਜਿਹੜੀ ਕੋਸਟ ਆ ਕ੍ਰੈਡਿਟ ਦੀ ਰਿਡਿਊਸ ਹੋ ਜਾਵੇ, ਜ਼ਿਆਦਾ ਫਲੋ ਹੋਵੇ, ਜਿਹਦੇ ਕਾਰਨ ਕਰਕੇ ਜਿਹੜਾ ਆਪਣਾ ਡਿਫਲੇਸ਼ਨਰੀ ਗੈਪ ਆ ਜਿੱਦਾਂ ਡੈਫਿਸਿਟ ਡਿਮਾਂਡ ਨੂੰ ਆਪਾਂ ਕੀ ਕਰ ਸਕੀਏ ਕਰੈਕਟ ਕਰ ਸਕੀਏ। ਉਸ ਤੋਂ ਬਾਅਦ ਆ ਗਿਆ ਜੀ ਆਪਣਾ ਓਪਨ ਮਾਰਕੀਟ ਆਪਰੇਸ਼ਨ। ਜਿਹੜਾ ਆਪਣਾ ਓਪਨ ਮਾਰਕੀਟ ਆਪਰੇਸ਼ਨ ਆ ਇਹਦੇ ਵਿੱਚ ਜਿਹੜੀ ਆਰ ਬੀ ਆਈ ਆ ਗਵਰਨਮੈਂਟ ਦੇ ਹਾਫ ਤੇ ਜਿਹੜਾ ਮਤਲਬ ਸਿਕਿਉਰਟੀ ਜਿਹੜੇ ਉਹ ਸੇਲ ਪਰਚੇਸ ਕਰਦੀ ਆ, ਤਾਂ ਜਦੋਂ ਐਕਸੈਸ ਡਿਮਾਂਡ ਆ ਕੰਟਰੀ ਦੇ ਵਿੱਚ ਤਾਂ ਜਿਹੜੀਆਂ ਸਿਕਿਉਰਟੀ ਪਰਚੇਸ ਕਰੀਆਂ ਹੋਈਆਂ ਸੀ ਉਹਦੇ ਦੁਆਰਾ ਕੀ ਕਰੀਆਂ ਜਾਣਗੀਆਂ ਸੇਲ ਕਰੀਆਂ ਜਾਣਗੀਆਂ। ਜਦੋਂ ਸੇਲ ਕਰੂਗੀ ਤਾਂ ਜਿਹੜਾ ਮਨੀ ਆ ਉਹ ਮਾਰਕੀਟ ਦੇ ਵਿੱਚੋਂ ਮੰਨ ਲਓ ਆਪਣੀ ਮਾਰਕੀਟ ਆ ਤਾਂ ਮਾਰਕੀਟ ਦੇ ਵਿੱਚੋਂ ਜਿਹੜੀ ਮਨੀ ਆ ਕਿੱਧਰ ਟ੍ਰਾਂਸਫਰ ਹੋਊਗੀ ਜੀ ਆਰ ਬੀ ਆਈ ਕੋਲੇ, ਤਾਂ ਉੱਧਰ ਫਲੋ ਕੀ ਹੋ ਜਾਣਾ ਵਾ ਰਿਡਿਊਸ ਹੋ ਜਾਣਾ ਵਾ, ਜਿਹਦੇ ਨਾਲ ਆਪਣੀ ਜਿਹੜੀ ਐਕਸੈਸ ਡਿਮਾਂਡ ਨੂੰ ਆਪਾਂ ਕੀ ਕਰ ਸਕਦੇ ਹਾਂ ਘਟਾ ਸਕਦੇ ਹਾਂ। ਤੇ ਜਦੋਂ ਆਪਾਂ ਡੈਫਿਸਿਟ ਡਿਮਾਂਡ ਦੇ ਵਿੱਚ ਗੱਲ ਕਰੀਏ ਤਾਂ ਇੱਥੇ ਜਿਹੜੀਆਂ ਸਿਕਿਉਰਟੀਜ਼ ਨੇ ਉਹ ਆਰ ਬੀ ਦੁਆਰਾ ਕੀ ਕਰੀਆਂ ਜਾਣਗੀਆਂ ਪਰਚੇਸ ਕਰੀਆਂ ਜਾਣਗੀਆਂ, ਤਾਂ ਜਦੋਂ ਆਰ ਬੀ ਪਰਚੇਸ ਕਰੂਗੀ ਤਾਂ ਜਿਹੜਾ ਫਲੋ ਆ ਕਿੱਧਰ ਨੂੰ ਜਾਊਗਾ ਜੀ ਉਹ ਆਪਣਾ ਮਾਰਕੀਟ ਦੇ ਵਿੱਚ ਜਾਊਗਾ ਪੈਸੇ ਦਾ, ਜਿਹਦੇ ਕਾਰਨ ਕਰਕੇ ਵੀ ਜਿਹੜਾ ਫਲੋ ਆ ਮਾਰਕੀਟ ਦੇ ਵਿੱਚ ਵਧੂਗਾ,
ਜਿਸ ਦੇ ਨਾਲ ਡੈਫੀਸਿਟ ਡਿਮਾਂਡ ਨੂੰ ਕੀ ਆ ਕਰੈਕਟ ਕੀਤਾ ਜਾ ਸਕਦਾ ਵੀ ਕਿਉਂਕਿ ਫਲੋ ਵੱਧ ਗਿਆ ਡਿਮਾਂਡ ਜ਼ਿਆਦਾ ਜਨਰੇਟ ਹੋ ਸਕਦੀ ਆ ਤਾਂ ਜਿਹੜਾ ਡੈਫੀਸਿਟ ਔਰ ਡਿਮਾਂਡ ਨੂੰ ਆਪਾਂ ਕੰਟਰੋਲ ਕਰ ਸਕਦੇ ਹਾਂ। ਉਸ ਤੋਂ ਬਾਅਦ ਹੈਗਾ ਜੀ ਆਪਣੇ ਕੋਲੇ ਰਿਵਰਸ ਰੈਪੋ ਰੇਟ, ਜੋ ਆਪਣਾ ਰਿਵਰਸ ਰੈਪੋ ਰੇਟ ਆ ਇਸ ਦੇ ਵਿੱਚ ਕੀ ਹੁੰਦਾ ਜੀ ਜਦੋਂ ਆਰ ਬੀ ਆਈ ਲੋਨ ਅਸੈਪਟ ਕਰਦੀ ਆ ਕਮਰਸ਼ੀਅਲ ਬੈਂਕਾਂ ਤੋਂ, ਆਪਣੀ ਜੋ ਆਰ ਬੀ ਆਈ ਆ ਉਹ ਅਸੈਪਟ ਕਰ ਰਹੀ ਆ ਲੋਨ ਇਹਨਾਂ ਤੋਂ ਕਮਰਸ਼ੀਅਲ ਬੈਂਕਾਂ ਤੋਂ, ਤਾਂ ਇਸ ਦੇ ਵਿੱਚ ਕੀ ਆ ਜਿਹੜਾ ਰਿਵਰਸ ਰੈਪੋ ਰੇਟ ਆ ਉਹ ਆਰ ਬੀ ਆਈ ਦੁਆਰਾ ਕੀ ਕੀਤਾ ਜਾਊਗਾ ਇਨਕਰੀਜ਼ ਕੀਤਾ ਜਾਊਗਾ, ਉਹਨਾਂ ਨੂੰ ਮੋਟੀਵੇਟ ਕੀਤਾ ਜਾਊਗਾ ਕਮਰਸ਼ੀਅਲ ਬੈਂਕਾਂ ਨੂੰ ਵੀ ਉਹ ਜ਼ਿਆਦਾ ਲੋਨ ਦੇਣ ਆਰ ਬੀ ਆਈ ਥਰੂ ਗੌਰਮੈਂਟ ਸਿਕਿਉਰਿਟੀ, ਜਿਸ ਦੇ ਨਾਲ ਜਿਹੜਾ ਫਲੋ ਆ ਮਾਰਕੀਟ ਦੇ ਵਿੱਚੋਂ ਜਿਹੜਾ ਆਪਣਾ ਕਮਰਸ਼ੀਅਲ ਬੈਂਕਾਂ ਕੋਲੇ ਪੈਸਾ ਉਹ ਕਿੱਧਰ ਆਊਗਾ ਲੋਨ ਦੇ ਰੂਪ ਦੇ ਵਿੱਚ ਆਰ ਬੀ ਆਈ ਕੋਲੇ, ਤਾਂ ਮਾਰਕੀਟ ਦੇ ਵਿੱਚ ਫਲੋ ਰਿਡਿਊਸ ਹੋ ਸਕਦਾ ਜੀ ਉਸ ਕੇਸ ਦੇ ਵਿੱਚ ਜਿਹਦੇ ਨਾਲ ਕੰਟਰੀ ਦੇ ਵਿੱਚ ਕੀ ਆ ਐਕਸੈਸ ਡਿਮਾਂਡ ਕੀ ਆ ਆਪਾਂ ਕੰਟਰੋਲ ਕਰ ਸਕਦੇ ਹਾਂ, ਕਿਉਂਕਿ ਕਮਰਸ਼ੀਅਲ ਬੈਂਕਾਂ ਕੋਲ ਲੋਨ ਇੱਧਰ ਜ਼ਿਆਦਾ ਜਾਊਗਾ ਤਾਂ ਇਹਨਾਂ ਕੋਲੇ ਜਿਹੜਾ ਲੋਨ ਦੇਣ ਦੀ ਕਪੈਸਿਟੀ ਰਿਡਿਊਸ ਹੋਊਗੀ ਲੋਕਾਂ ਨੂੰ, ਤਾਂ ਉੱਥੇ ਮਾਰਕੀਟ ਦੇ ਵਿੱਚ ਫਲੋ ਰਿਡਿਊਸ ਹੋਊਗਾ ਜੀ, ਜਿਹਦੇ ਕਾਰਨ ਕਰਕੇ ਐਕਸੈਸ ਡਿਮਾਂਡ ਆਪਣੀ ਕੀ ਕਰੈਕਟ ਹੋ ਸਕਦੀ ਆ। ਜਦੋਂ ਆਪਾਂ ਡੈਫੀਸਿਟ ਡਿਮਾਂਡ ਦੀ ਗੱਲ ਕਰੀਏ ਜਿਹੜਾ ਆਪਣਾ ਰਿਵਰਸ ਰੈਪੋ ਰੇਟ ਆ ਉਹ ਕੀਤਾ ਕੀ ਕਰਿਆ ਜਾਊਗਾ ਜੀ ਰਿਡਿਊਸ ਕਰਿਆ ਜਾਊਗਾ, ਤਾਂ ਇੱਥੇ ਜਿਹੜੀਆਂ ਕਮਰਸ਼ੀਅਲ ਬੈਂਕਾਂ ਨੇ ਵੀ ਮੋਟੀਵੇਟ ਹੋਣਗੀਆਂ ਜੀ ਆਰ ਬੀ ਆਈ ਨੂੰ ਲੋਨ ਨਹੀਂ ਦੇਣਗੀਆਂ ਜ਼ਿਆਦਾ, ਜਿਸਦੇ ਨਾਲ ਕੀ ਆ ਜ਼ਿਆਦਾ ਜਿਹੜੀ ਮਾਰਕੀਟ ਦੇ ਵਿੱਚ ਉਹ ਲੋਨ ਲੋਕਾਂ ਨੂੰ ਪੈਸਾ ਜ਼ਿਆਦਾ ਦੇ ਸਕਦੀ ਉਹਨਾਂ ਕੋਲ ਕਪੈਸਿਟੀ ਵੱਧ ਹੋਊਗੀ ਤਾਂ ਡੈਫੀਸਿਟ ਡਿਮਾਂਡ ਉੱਥੇ ਕੀ ਹੋ ਸਕਦੀ ਆ ਕਰੈਕਟ ਹੋ ਸਕਦੀ ਆ। ਉਸ ਤੋਂ ਬਾਅਦ ਆ ਗਿਆ ਜੀ ਅੱਗੇ ਆਪਣੇ ਕੋਲੇ CRR, ਜਿਹਨੂੰ ਆਪਾਂ ਕੀ ਕਹਿੰਦੇ ਜੀ ਕੈਸ਼ ਰਿਜ਼ਰਵ ਰੇਸ਼ੋ, ਜਿਹੜਾ ਟੋਟਲ ਡਿਪੋਜ਼ਿਟ ਦਾ ਕਮਰਸ਼ੀਅਲ ਬੈਂਕਾਂ ਕੁਝ ਪਰਸੈਂਟ ਪੈਸਾ ਆਰ ਬੀ ਆਈ ਕੋਲੇ ਰੱਖਦੀ ਹੈ ਉਹਨੂੰ ਆਪਾਂ ਕੀ ਕਹਿੰਦੇ ਜੀ ਕੈਸ਼ ਰਿਜ਼ਰਵ ਰੇਸ਼ੋ ਕਹਿੰਦੇ ਆ, ਤਾਂ ਜਦੋਂ ਕੰਟਰੀ ਦੇ ਵਿੱਚ ਐਕਸੈਸ ਡਿਮਾਂਡ ਆ ਤਾਂ ਜਿਹੜਾ ਕੈਸ਼ ਰਿਜ਼ਰਵ ਰੇਸ਼ੋ ਆ ਉਹ ਕੀ ਆ ਇਨਕਰੀਜ਼ ਕਰੀ ਜਾਊਗੀ, ਜਿਸ ਦੇ ਨਾਲ ਜ਼ਿਆਦਾ ਜਿਹੜਾ ਫਲੋ ਆ ਕਿੱਧਰ ਜਾਊਗਾ ਜਿਹੜਾ ਪੈਸੇ ਦਾ ਕੁਝ ਪਰਸੈਂਟ ਆ ਆਰ ਬੀ ਕੋਲੇ ਜਾਊਗਾ, ਤਾਂ ਜਿਹਦੇ ਨਾਲ ਕਰਕੇ ਜਿਹੜਾ ਐਕਸੈਸ ਡਿਮਾਂਡ ਆ ਕੰਟਰੋਲ ਹੋ ਸਕਦੀ ਆ, ਤੇ ਡੈਫੀਸਿਟ ਡਿਮਾਂਡ ਦੇ ਵਿੱਚ ਜਿਹੜਾ ਆਪਣਾ ਕੈਸ਼ ਰਿਜ਼ਰਵ ਰੇਸ਼ੋ ਆ ਉਹਨੂੰ ਕੀ ਕੀਤਾ ਜਾਊਗਾ ਜੀ ਰਿਡਿਊਸ ਕਰਿਆ ਜਾਊਗਾ, ਤਾਂ ਇਸ ਤਰੀਕੇ ਨਾਲ ਜੀ ਡੈਫੀਸਿਟ ਡਿਮਾਂਡ ਆ ਉਹਨੂੰ ਆਪਾਂ ਕੀ ਆ ਕੰਟਰੋਲ ਕਰ ਸਕਦੇ ਹਾਂ, ਜਿਹੜੀ ਡਿਮਾਂਡ ਉਹਨੂੰ ਆਪਾਂ ਇਨਕਰੀਜ਼ ਕਰ ਸਕਦੇ ਹਾਂ। ਆਪਣਾ SLR ਐਕਸੈਸ ਡਿਮਾਂਡ ਦੇ ਕੇਸ ਦੇ ਵਿੱਚ ਇਨਕਰੀਜ਼ ਕੀਤਾ ਜਾਊਗਾ, SLR ਕੀ ਹੁੰਦਾ ਜਿਹੜਾ ਕੁਝ ਪਰਸੈਂਟ ਆ ਜਿਹੜਾ ਆਪਣਾ ਕਮਰਸ਼ੀਅਲ ਬੈਂਕਾਂ ਨੇ ਆਪਦੇ ਕੋਲੇ ਰਿਜ਼ਰਵ ਮੇਨਟੇਨ ਕਰਕੇ ਰੱਖਣਾ ਹੁੰਦਾ, ਤੇ ਡੈਫੀਸਿਟ ਡਿਮਾਂਡ ਦੇ ਵਿੱਚ ਰਿਡਿਊਸ ਕਰਿਆ ਜਾਊਗਾ, ਤੇ ਜਿਹੜੇ ਆਪਣਾ ਬੈਂਕ ਰੇਟ ਰੈਪੋ ਰੇਟ ਰਿਵਰਸ ਰੈਪੋ ਰੇਟ CRR SLR ਮਾਰਕੀਟ ਜਾਂ ਓਪਨ ਮਾਰਕੀਟ ਆਪਰੇਸ਼ਨ ਇਹ ਜਿਹੜੇ ਸਾਰੇ ਇੰਸਟਰੂਮੈਂਟ ਨੇ ਹੈਗੇ ਨੇ ਕੁਆਂਟੀਟੇਟਿਵ ਇੰਸਟਰੂਮੈਂਟਸ ਆਫ ਕ੍ਰੈਡਿਟ ਕੰਟਰੋਲ, ਜੋ ਆਪਣਾ ਮਾਰਜਨ ਰਿਕੁਆਇਰਮੈਂਟ ਰੈਸ਼ਨਿੰਗ ਆਫ ਕ੍ਰੈਡਿਟ ਜਿਹੜਾ ਆਪਣਾ ਮੋਰਗੇਜ ਪ੍ਰੈਸਰ ਆ ਇਹ ਹੈਗੇ ਨੇ ਮੇਨ ਆਪਣੇ ਕੁਆਲੀਟੇਟਿਵ ਆਫ ਇੰਸਟਰੂਮੈਂਟਸ ਆਫ ਕ੍ਰੈਡਿਟ ਕੰਟਰੋਲ, ਤਾਂ ਇਹਦੇ ਵਿੱਚ ਆ ਕੇ ਜੀ ਮਾਰਜਨ ਰਿਕੁਆਇਰਮੈਂਟ ਇਹ ਵੀ ਕੀ ਆ ਇਨਕਰੀਜ਼ ਕੀਤਾ ਜਾਊਗਾ ਐਕਸੈਸ ਡਿਮਾਂਡ ਦੇ ਕੇਸ ਦੇ ਵਿੱਚ ਡਿਮਾਂਡ ਨੂੰ ਘਟਾਉਣ ਦੇ ਲਈ, ਤੇ ਡੈਫੀਸਿਟ ਡਿਮਾਂਡ ਦੇ ਵਿੱਚ ਕੀ ਆ ਮਾਰਜਨ ਰਿਕੁਆਇਰਮੈਂਟ ਰਿਡਿਊਸ ਕੀਤਾ ਜਾਊਗਾ, ਤੇ ਜਿਹੜਾ ਰੈਸ਼ਨਿੰਗ ਆਫ ਕ੍ਰੈਡਿਟ ਦੇ ਵਿੱਚ ਕੀ ਇੱਕ ਲਿਮਿਟ ਲਗਾ ਦਿੱਤੀ ਜਾਂਦੀ ਆ ਕੋਟਾ ਫਿਕਸ ਕਰ ਦਿੱਤਾ ਜਾਂਦਾ ਵੀ ਆਪਾਂ ਨੇ ਇਹ ਤੋਂ ਜ਼ਿਆਦਾ ਲੋਨ ਨਹੀਂ ਦੇਣਾ ਹੈਗਾ, ਤੇ ਕ੍ਰੈਡਿਟ ਲਿਮਿਟ ਲਗਾ ਦਿੱਤੀ ਜਾਊਗੀ ਜਦੋਂ ਇਨਫਲੇਸ਼ਨ ਆ ਤਾਂ ਉੱਥੇ ਆਪਾਂ ਐਕਸੈਸ ਡਿਮਾਂਡ ਘਟਾਉਣੀ ਆ ਜੀ ਡਿਕਰੀਜ਼ ਕਰਨੀ ਆ, ਤੇ ਡੈਫੀਸਿਟ ਡਿਮਾਂਡ ਜੇ ਕਹਿੰਦੇ ਪਹਿਲਾਂ ਹੀ ਲੱਗਿਆ ਹੋਇਆ ਕ੍ਰੈਡਿਟ ਰੈਸ਼ਨਿੰਗ ਹੈਗੀ ਆ ਤਾਂ ਆਪਾਂ ਵਿਦਡਰਾ ਕਰ ਦਾਂਗੇ ਹਟਾ ਦੇਵਾਂਗੇ ਤਾਂ ਜੋ ਜਿਹੜਾ ਫਲੋ ਆ ਜ਼ਿਆਦਾ ਹੋਵੇ, ਤੇ ਮੋਰਗੇਜ ਪ੍ਰੈਸਰ ਕਹਿੰਦੇ ਵੀ ਜਿਹੜਾ ਮੋਰਗੇਜ ਪ੍ਰੈਸਰ ਆ ਵੀ ਜਿਹੜਾ ਆਪਣਾ ਕਮਰਸ਼ੀਅਲ ਬੈਂਕਾਂ ਦੇ ਉੱਪਰ ਜਿਹੜਾ ਕੰਟਰੋਲ ਆ ਸਾਰਾ ਕਿਹਦਾ ਹੁੰਦਾ ਜੀ ਆਰ ਬੀ ਆਈ ਦਾ ਹੁੰਦਾ ਵਾ, ਤਾਂ ਇਸ ਕੇਸ ਦੇ ਵਿੱਚ ਜੇ ਮਤਲਬ ਸਟ੍ਰਿਕਟਨੈਸ ਦਿਖਾਊਗੀ ਆਰ ਬੀ ਜਦੋਂ ਆਪਾਂ ਨੇ ਫਲੋ ਨੂੰ ਕੰਟਰੋਲ ਕਰਨਾ ਵਾ ਜੇ ਜ਼ਿਆਦਾ ਲੋਨ ਦਿੱਤਾ ਜਾ ਰਿਹਾ ਘਟਾਉਣਾ ਆਪਾਂ ਨੇ ਤਾਂ ਐਕਸੈਸ ਡਿਮਾਂਡ ਦੇ ਵਿੱਚ ਉਹਨਾਂ ਨੂੰ ਪ੍ਰਾਈਸਰਾਈਜ਼ ਕੀਤਾ ਜਾਊਗਾ ਉਹਨੂੰ ਸਟ੍ਰਿਕਟਨੈਸ ਦਿਖਾਈ ਜਾਊਗੀ ਘਟਾਉਣ ਦੇ ਲਈ ਰਿਡਿਊਸ ਕਰਨ ਦੇ ਲਈ ਜਿਹੜਾ ਆਪਣਾ ਕ੍ਰੈਡਿਟ ਆ। ਡੈਫੀਸਿਟ ਡਿਮਾਂਡ ਦੇ ਕੇਸ ਦੇ ਵਿੱਚ ਉਹਨਾਂ ਨੂੰ ਫ੍ਰੀਡਮ ਦਿੱਤੀ ਜਾਊਗੀ ਵੀ ਲੋਨ ਵੱਧ ਦੇ ਸਕਦੇ ਹਨ ਕਮਰਸ਼ੀਅਲ ਬੈਂਕਾਂ ਲੋਕਾਂ ਨੂੰ ਜਿਹਦੇ ਥਰੂ ਐਕਸੈਸ ਡਿਮਾਂਡ ਆ ਜਿਹੜੀ ਆਪਣੀ ਡੈਫੀਸਿਟ ਡਿਮਾਂਡ ਆ ਉਹ ਕੀਤੀ ਜਾਵੇ ਇਨਕਰੀਜ਼ ਕਰੀ ਜਾਵੇ, ਤਾਂ ਇਹ ਆਪਣੇ ਮੇਨ ਆਪਣੇ ਇੰਸਟਰੂਮੈਂਟਸ ਜਿਹੜੇ ਆਪਣੇ ਮੋਨੀਟਰੀ ਪਾਲਿਸੀ ਦੇ ਵਿੱਚ ਯੂਜ ਕੀਤੇ ਜਾਂਦੇ ਨੇ ਇਨਫਲੇਸ਼ਨਰੀ ਗੈਪ ਐਂਡ ਡਿਫਲੇਸ਼ਨਰੀ ਗੈਪ ਐਂਡ ਐਕਸੈਸ ਡਿਮਾਂਡ ਜੋ ਆਪਣੀ ਡੈਫੀਸਿਟ ਡਿਮਾਂਡ ਆ ਉਹਨੂੰ ਰਿਡਿਊਸ ਕਰਨ ਦੇ ਲਈ। ਤਾਂ ਅੱਜ ਦੇ ਟੌਪਿਕਸ ਦੇ ਉੱਤੇ ਕਰਦੇ ਹਾਂ ਜੀ।